ਸਤ ਸ੍ਰੀ ਅਕਾਲ ਪ੍ਰਾਈਮ ਅਸ਼ਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪੰਜਾਬ ਦੇ ਵਿੱਚ ਇੱਕ ਪਾਸੇ ਉਪਚੋਣ ਹੈ ਤੇ ਉਪਚੋਣ ਤੋਂ ਪਹਿਲਾਂ ਸਿਆਸਤ ਦਾ ਲੋਕਾਂ ਨਾਲ ਵਾਅਦੇ ਵੀ ਕਰ ਰਹੇ ਐ ਦਾਅਵੇ ਵੀ ਵੱਡੇ ਵੱਡੇ ਕਰ ਰਹੇ ਐ ਜਦੋਂ ਉਹਨਾਂ ਦੀ ਸਰਕਾਰ ਸੀ ਉਹਨਾਂ ਦਾ ਕਾਰਜਕਾਲ ਸੀ ਨਾ ਕਿਸੇ ਨੇ ਨੌਕਰੀ ਦੀ ਗੱਲ ਕੀਤੀ ਐ ਤੇ ਨਾ ਹੀ ਕਿਸੇ ਨੇ ਇਹ ਸੋਚਿਆ ਕਿ ਅਸੀਂ ਇਸ ਹਲਕੇ ਨੂੰ ਟ੍ਰੇਨ ਦੇ ਦਈਏ ਨਹੀਂ ਕਿਸੇ ਨੇ ਸੋਚਿਆ ਕਿ ਇੱਥੋਂ ਦੇ ਨੌਜਵਾਨ ਫੌਜ ਵਿੱਚ ਭਰਤੀ ਹੋ ਜਾਣ ਬੀਐਸਐਫ ਚਲੇ ਜਾਣ ਜਾਂ ਹੋਰ ਬੈਲਟ ਫੋਰਸ ਵਿੱਚ ਚਲੇ ਜਾਣ ਚੋਣਾਂ ਦੇ ਦੌਰਾਨ ਹੀ ਇਹ ਗੱਲਾਂ ਕਿਉਂ ਯਾਦ ਆਉਣ ਲੱਗ ਪਈਆਂ ਨੇ ਵਾਅਦੇ ਕੀਤੇ ਜਾ ਰਹੇ ਨੇ ਕਿਤੇ ਗੁਪਤ ਮੀਟਿੰਗਾਂ ਹੋ ਰਹੀਆਂ ਨੇ ਅੱਜ ਚਰਚਾ ਇੱਤੇ ਵੀ ਕਰਨੀ ਹੈ ਚਰਚਾ ਪੰਜਾਬ ਦੇ ਰਵਾਇਤੀ ਨਸ਼ਿਆਂ ਦੇ ਬਾਰੇ ਕਰਨੀ ਹੈ ਕਿਉਂਕਿ ਪਹਿਲਾਂ ਬਜ਼ੁਰਗ ਅਫੀਮ ਦੀ ਵਰਤੋਂ ਕਰਦੇ ਸੀ ਡੋਡਿਆਂ ਦੀ ਵਰਤੋਂ ਕਰਦੇ ਸੀ ਉਹ ਕੀ ਖਾਂਦੇ ਸੀ ਹਾਲਾਂਕਿ ਇਹ ਵੀ ਇੱਕ ਕਿਸਮ ਦਾ ਨਸ਼ਾ ਅਜੇ ਵੀ ਹੈ ਇੱਕ ਨਸ਼ੇ ਨੂੰ ਛੱਡ ਕੇ ਦੂਸਰੇ ਵੱਲ ਹੋ ਜਾਈਏ ਇਹ ਵੀ ਗੱਲ ਬਹੁਤੀ ਵਧੀਆ ਨਹੀਂ ਪਰ ਕਿਉਂ ਸਿਆਸਤਦਾਨ ਚੋਣ ਦੇ ਵਿੱਚ ਇਹਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਆਖਿਰ ਇਹਦੇ ਪਿਛਲਾ ਕਾਰਨ ਕੀ ਹੈ ਭਾਰਤ ਸਰਕਾਰ ਨੇ 112000 ਲਾਇਸੈਂਸ ਭਾਵੇਂ ਦਿੱਤੇ ਹੋਏ ਨੇ ਖੇਤੀ ਕਰਦੇ ਨੇ ਭੁੱਕੀ ਦੀ ਅਫੀਮ ਦੀ ਜੇਕਰ ਇਹ ਲਾਇਸੈਂਸ ਦਿੱਤੇ ਆ ਤਾਂ ਕੀ ਇਹ ਸਾਰੇ ਸੂਬਿਆਂ ਦੇ ਵਿੱਚ ਲਾਜ਼ਮੀ ਹੋ ਜਾਣਾ ਚਾਹੀਦਾ ਹੈ ਇਹ ਬਿਆਨ ਕੋ ਦਿੱਤੇ ਜਾ ਰਹੇ ਨੇ ਚਰਚਾ ਇੱਥੇ ਵੀ ਕਰਨੀ ਹੈ ਚਰਚਾ ਫੁਕਰਾ ਪੰਥੀ ਦੀ ਵੀ ਕਰਾਂਗੇ ਕਿਉਂਕਿ ਕੁਝ ਕੁ ਲੋਕ ਅਜਿਹੇ ਨੇ ਜਿਹੜੇ ਸਮਝਦੇ ਆਂ ਚੌਧਰ ਬਹੁਤ ਵੱਡੀ ਚੀਜ਼ ਹੈ ਫੁਕਰਾ ਪੰਥੀ ਬਹੁਤ ਵੱਡੀ ਚੀਜ਼ ਹੈ ਡੱਬੇ ਦੇ ਵਿੱਚ ਰਵਾਲਵਰ ਲੱਗਾ ਹੋਵੇ ਟੌਰੀ ਵੱਖਰੀ ਉਹਨਾਂ ਨੂੰ ਲੱਗਦੀ ਹੁੰਦੀ ਹੈ ਹਥਿਆਰ ਰੱਖਣਾ ਬਹੁਤ ਸੌਖਾ ਆ ਪਰ ਉਹਨੂੰ ਸੰਭਾਲ ਕੇ ਰੱਖਣਾ ਦਿਮਾਗ ਤੇ ਕਾਬੂ ਰੱਖਣਾ ਇਹ ਬਹੁਤ ਔਖਾ ਹੁੰਦਾ ਹੈ ਇੱਕ ਘਟਨਾ ਜਿਹੜੀ ਫਿਰੋਜ਼ਪੁਰ ਦੇ ਪਿੰਡ ਵਿੱਚ ਵਾਪਰੀ ਹੈ ਜਿਸ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਿੱਥੇ ਉਹ ਪਰਿਵਾਰ ਬਣਨੇ ਸੀ ਸਾਰਾ ਦਿਨ ਵਿਆਹ ਦੇ ਵਿੱਚ ਲੰਘਿਆ ਖੁਸ਼ੀ-ਖੁਸ਼ੀ ਚਾਹ ਸੀ ਸਾਰਿਆਂ ਨੂੰ ਜਦੋਂ ਵਧਾਈਗੀ ਦਾ ਵੇਲਾ ਆ ਗਿਆ ਤੇ ਗੋਲੀ ਚੱਲ ਗਈ ਲਾੜੀ ਦੇ ਸਿਰ ਤੇ ਗੋਲੀ ਲੱਗੀ ਹਾਲਾਤ ਨਾਜੁਕ ਨੇ ਵੈਂਟੀਲੇਟਰ ਤੇ ਦੱਸਿਆ ਜਾ ਰਿਹਾ ਅਸੀਂ ਸੁਖਦ ਮੰਗਦੇ ਹਾਂ ਸਾਰਾ ਕੁਝ ਠੀਕ ਹੋ ਜੇ ਪਰ ਫਿਰ ਵੀ ਹਾਲਾਤ ਅਜੇ ਖਰਾਬ ਨਜ਼ਰ ਆ ਰਹੇ ਚਰਚਾ ਇੱਥੇ ਵੀ ਕਰਨੀ ਸ਼ੁਰੂਆਤ ਅਫੀਮ ਪੋਸਟਿਕ ਖੇਤੀ ਤੋਂ ਕਰਾਂਗੇ ਪੰਜਾਬ ਦੇ ਵਿੱਚ ਇਸ ਵੇਲੇ ਚਰਚਾ ਚੱਲਦੀ ਪਈ ਹੈ ਕਿ ਜੇਕਰ ਇਹ ਖੇਤੀ ਦੀ ਸ਼ੁਰੂਆਤ ਹੋ ਜਵੇ ਨਾ ਤੇ ਵਧੀਆ ਹੋ ਜਾਊਗਾ ਨਸ਼ਾ ਖਤਮ ਹੋ ਜਾਊਗਾ ਚਿੱਟਾ ਖਤਮ ਹੋ ਜਾਊ ਹਰ ਇੱਕ ਇਨਸਾਨ ਦੀ ਆਪਣੀ ਵਿਚਾਰਧਾਰਾ ਹਰ ਇੱਕ ਲੀਡਰ ਨੇ ਆਪਣੇ ਤਰੀਕੇ ਨਾਲ ਇਹਨੂੰ ਬਿਆਨ ਦੇ ਕੇ ਸਮਝਣ ਦੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਕਿਉਂ ਚੋਣ ਤੋਂ ਪਹਿਲਾਂ ਇਹ ਮੁੱਦਾ ਕਿਉਂ ਉੱਠਿਆ ਹਾਲਾਂਕਿ ਇਹ ਮੁੱਦਾ ਪੰਜਾਬ ਦੇ ਵਿੱਚ ਪਹਿਲੀ ਵਾਰ ਨਹੀਂ ਉੱਠਿਆ ਮੈਂਬਰ ਪਾਰਲੀਮੈਂਟ ਰਹੇ ਨੇ ਉਹਨਾਂ ਨੇ ਵੀ ਗੱਲ ਕੀਤੀ ਹੈ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਮੰਤਰੀ ਸਾਹਿਬ ਉਹਨਾਂ ਨੇ ਵੀ ਇਹ ਮੁੱਦੇ ਦੇ ਹੱਕ ਦੀ ਗੱਲ ਕੀਤੀ ਇਸ ਤੋਂ ਪਹਿਲਾਂ ਦੋ ਹੋਰ ਵਿਧਾਇਕਾਂ ਨੇ ਵੀ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਜੇਕਰ ਇਹ ਖੇਤੀ ਦੀ ਸ਼ੁਰੂਆਤ ਹੁੰਦੀ ਹੈ ਤਾਂ ਨਸ਼ਾ ਖਤਮ ਹੋ ਸਕਦਾ ਜਦੋਂ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲ ਕੀਤੀ ਜਦੋਂ ਕੁਲਦੀਪ ਸਿੰਘ ਢਾਲੀਵਾਲ ਸੱਤਾ ਦੇ ਵਿੱਚ ਨਵੇਂ-ਨਵੇਂ ਆਏ ਤੇ ਉਸ ਤੋਂ ਬਾਅਦ ਇੱਕ ਮੀਟਿੰਗ 'ਚ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਨੇ ਵੀ ਹਮਾਇਤ ਕੀਤੀ ਪਰ ਉਹਨਾਂ ਨੇ ਦੋ ਗੱਲਾਂ ਹੋਰ ਅਹਿਮ ਕੀਤੀਆਂ ਸੀ ਨਾਲ ਉਹ ਕਹਿੰਦੇ ਕਿ ਇੱਕ ਨਸ਼ੇ ਨੂੰ ਖਤਮ ਕਰਨ ਦੇ ਲਈ ਦੂਸਰੇ ਨਸ਼ੇ ਵੱਲ ਹੋ ਜਾਈਏ ਇਹ ਬਿਲਕੁਲ ਵੀ ਸਹੀ ਨਹੀਂ ਪਰ ਸਾਡੇ ਤੱਕ ਬਹੁਤ ਸਾਰੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਨੇ ਸਾਡੇ ਤੱਕ ਬਹੁਤ ਸਾਰੇ ਲੋਕਾਂ ਦੀਆਂ ਗੱਲਾਂ ਪਹੁੰਚ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਵੱਧ ਰਿਹਾ ਹੈ ਪਰ ਦੂਸਰੇ ਪਾਸੇ ਬਹੁਤ ਸਾਰੇ ਲੋਕ ਸੁਝਾਅ ਵੀ ਭੇਜ ਰਹੇ ਨੇ ਕਿ ਪੰਜਾਬ ਦੇ ਵਿੱਚ ਜੇਕਰ ਇਹ ਖੇਤੀ ਹੋ ਗਈ ਨਾ ਤੇ ਚਿੱਟਾ ਖਤਮ ਹੋ ਜੂ ਅਸੀਂ ਫਿਰ ਕਹਿੰਨੇ ਆ ਇਸ ਗੱਲ ਦੇ ਬਿਲਕੁਲ ਵੀ ਹੱਕ ਦੇ ਵਿੱਚ ਨਹੀਂ ਕਿ ਇੱਕ ਨਸ਼ਾ ਖਤਮ ਕਰਨ ਦੇ ਲਈ ਦੂਸਰੇ ਨੂੰ ਉੱਪਰ ਲਿਆਂਦਾ ਜਾਵੇ ਪਰ ਇਹ ਲੀਡਰ ਨੇ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਇਹਦੇ ਪਿਛਲਾ ਕਾਰਨ ਕੀ ਆ ਕਈ ਤਰ੍ਹਾਂ ਦੇ ਚਰਚਾਵਾ ਚੱਲਦੀਆਂ ਸਾਹਮਣੇ ਆ ਰਹੀਆਂ ਨੇ ਹੁਣ ਜਦੋਂ ਇਹ ਗੱਲ ਚੱਲਦੀ ਹੈ ਤੇ ਆਮਦ ਦੀ ਪਾਰਟੀ ਦੇ ਦੋ ਹੋਰ ਲੀਡਰਾਂ ਨੇ ਹੱਕ ਦੀ ਗੱਲ ਕੀਤੀ ਸੀ ਹੁਣ ਇਹੀ ਗੱਲ ਰਵਨੀਤ ਸਿੰਘ ਬਿੱਟੂ ਨੇ ਛੇੜ ਦਿੱਤੀ ਆ ਰਵਨੀਤ ਸਿੰਘ ਬਿੱਟੂ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਦੇ ਨਾਲ ਇਸ ਮਸਲੇ ਤੇ ਗੱਲ ਕੀਤੀ ਜਾਵੇਗੀ ਕਿ ਪੰਜਾਬ ਦੇ ਵਿੱਚ ਲਾਇਸੈਂਸ ਦਿੱਤੇ ਜਾਣ ਹਾਲਾਂਕਿ ਉਹਨਾਂ ਨਸ਼ੇ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਦੋਂਕ ਲੱਗਦਾ ਸੀ ਇਹ ਸ਼ਬਦ ਵਰਤਿਆ ਜਾ ਸਕਦਾ ਉੱਥੇ ਗੱਲ ਗੋਲਮੋਲ ਕਰ ਦਿੱਤੀ ਸਮਝਣ ਵਾਲਾ ਸਮਝ ਹੀ ਜਾਂਦਾ ਹੁਣ ਇੱਕ ਪਿੰਡ ਦੇ ਵਿੱਚ ਪ੍ਰੋਗਰਾਮ ਦੇ ਦੌਰਾਨ ਜਦੋਂ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਨੇ ਤਾਂ ਸਾਹਮਣੇ ਬੈਠੇ ਤਿੰਨ ਕ ਬਜ਼ੁਰਗਾਂ ਨੇ ਹਾਮੀ ਭਰੀ ਹੈ ਪੁਰਾਣੇ ਬਜ਼ੁਰਗ ਅਜੇ ਵੀ ਹਾਮੀ ਭਰੂਗੇ ਜੇਕਰ ਉਹਨਾਂ ਦੇ ਕੋਲ ਜਾ ਕੇ ਗੱਲ ਕੀਤੀ ਜਾਵੇ ਡੋਡਿਆਂ ਦੀ ਗੱਲ ਕਰਾਂਗੇ ਸਾਰੇ ਨਹੀਂ ਕੋਸ਼ਿਸ਼ ਜ਼ਰੂਰ ਹੋਣਗੇ ਉਹਨਾਂ ਦੇ ਕੋਲ ਤੁਸੀਂ ਗੱਲ ਕਰੋਗੇ ਨਾ ਅਗਲੇ ਨੇ ਅਫੀਮ ਦੀ ਹਾਮੀ ਭਰ ਦੇਣੀ ਹੈ ਅਗਲਿਆਂ ਨੇ ਡੋਡਿਆਂ ਦੀ ਗੱਲ ਵੀ ਕਰ ਦੇਣੀ ਆ ਪੋਸਟ ਦੀ ਵੀ ਗੱਲ ਕਰ ਦੇਣੀ ਆ ਪਰ ਸਵਾਲ ਹੀ ਉੱਠਦਾ ਪਿਆ ਕਿ ਇਸ ਵੇਲੇ ਪੰਜਾਬ ਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਹੀ ਕਾਹਤੋਂ ਕਹਿਣਾ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਸ਼ਰਾਬ ਵੀ ਬਹੁਤ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ ਉੱਥੋਂ ਆਮਦਨ ਆਉਂਦੀ ਆ ਇਸ ਕਰਕੇ ਕੋਈ ਬੋਲਦਾ ਨਹੀਂ ਪਿਆ ਅੱਜ ਪਿੰਡਾਂ ਦੇ ਵਿੱਚ ਤੁਸੀਂ ਜਦੋਂ ਪਿੰਡ ਦੇ ਵਿੱਚ ਐਂਟਰ ਕਰਦੋਂ ਉਤੋਂ ਕੁਝ ਪਹਿਲਾਂ ਦੇਖ ਲਓ ਚਾਹੇ ਅੰਦਰ ਜਾ ਕੇ ਦੇਖ ਲਓ ਕੁਝ ਕੁ ਪਿੰਡਾਂ ਦੇ ਵਿੱਚ ਠੇਕੇ ਖੁੱਲ ਗਏ ਆ ਔਰਤਾਂ ਸੰਘਰਸ਼ ਕਰ ਰਹੀਆਂ ਨੇ ਲੜਾਈ ਲੜ ਰਹੀਆਂ ਨੇ ਕਿ ਠੇਕੇ ਬੰਦ ਕੀਤੇ ਜਾਣ ਅੱਜ ਕੋਸ਼ਿਕਾ ਸ਼ਹਿਰਾਂ ਦੇ ਵਿੱਚ ਸਕੂਲ ਇੱਕ ਜਾਂ ਦੋ ਹੋਣਗੇ ਕਈ ਥਾਵਾਂ ਤੇ ਠੇਕੇ 10-10 ਹੈ ਇੱਕ ਕਸਬੇ ਦੇ ਵਿੱਚ 11 ਠੇਕਿਆਂ ਦਾ ਹੋਣਾ ਆਪਣੇ ਆਪ ਦੇ ਵਿੱਚ ਦਰਸਾਉਂਦਾ ਹੈ ਕਿ ਮਾਹੌਲ ਕਿਦਨੂ ਜਾ ਰਿਹਾ ਹੈ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਹੈ ਕਿ ਆਮਦਨ ਆ ਰਹੀ ਹੈ ਕਦੀ 5500 ਕਰੋੜ ਰੁਪਏ ਇਕੱਠਾ ਕਰਨ ਦਾ ਟੀਚਾ ਕਦੀ 7000 ਕਰੋੜ ਕਰਦੇ ਕਰਦੇ 9500 ਕਰੋੜ ਤੇ ਮੌਜੂਦਾ ਸੰਵੇਚ 10000 ਕਰੋੜ ਰੁਪਏ ਤੋਂ ਵੱਧ ਦਾ ਟੀਚਾ ਰੱਖਿਆ ਕਿ ਇਹ ਤੋਂ ਇਕੱਠਾ ਕਰਨਾ ਆਪਾਂ ਇਸ ਕਰਕੇ ਕੋਈ ਬੋਲਦਾ ਨਹੀਂ ਕਿਉਂਕਿ ਸਰਕਾਰ ਦਾ ਖਜ਼ਾਨਾ ਭਰਦਾ ਪਿਆ ਪਰਿਵਾਰ ਵੀ ਤਾਂ ਖਰਾਬ ਹੋ ਰਹੇ ਨੇ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਪਰ ਹੁਣ ਜਦੋਂ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਹਰੀ ਕ੍ਰਾਂਤੀ ਆਈ ਇਹਦੇ ਕਰਕੇ ਸੀ ਇਹ ਕਿਹੜੇ ਤੱਥ ਨੇ ਕਿਹੜਾ ਵਿਸ਼ਲੇਸ਼ਣ ਕੀਤਾ ਗਿਆ ਕਿਥੋਂ ਦੀਆਂ ਗੱਲਾਂ ਨੇ ਕੀ ਹਰੀ ਕ੍ਰਾਂਤੀ ਦੇ ਵਿੱਚ ਸਿਰਫ ਡੋਡਿਆਂ ਦਾ ਯੋਗਦਾਨ ਸੀ ਇਹਦੇ ਵਿੱਚ ਭੁੱਖੀ ਦਾ ਯੋਗਦਾਨ ਸੀ ਇਦੇ ਵਿੱਚ ਅਫੀਮ ਦਾ ਯੋਗਦਾਨ ਸੀ ਹਰੀ ਕ੍ਰਾਂਤੀ ਲਈ ਹੋਰ ਬਹੁਤ ਸਾਰੇ ਕਾਰਨ ਸੀ ਵਿਗਿਆਨਿਕ ਤਰੀਕੇ ਨਾਲ ਕੀਤੀ ਹੋਈ ਖੋਜ ਵਧੀਆ ਬਣਾਏ ਗਏ ਬੀਜ ਉਸ ਵੇਲੇ ਕਿਸਾਨਾਂ ਦੀ ਕੀਤੀ ਹੋਈ ਕਿਰਤ ਮਿਹਨਤ ਵੀ ਇਸ ਤਰ੍ਹਾਂ ਦੀ ਸੀ ਕਿ ਜਿਹਦੇ ਕਰਕੇ ਹਰੀ ਕ੍ਰਾਂਤੀ ਯੋਗਦਾਨ ਉਧਰ ਨੂੰ ਗਿਆ ਪਰ ਤੁਸੀਂ ਕਹ ਦੋ ਕਿ ਸਿਰਫ ਡੋਡਿਆਂ ਫੀਮ ਦੇ ਕਰਕੇ ਹਰੀ ਕ੍ਰਾਂਤੀ ਆ ਗਈ ਇਹ ਬਿਲਕੁਲ ਗਲਤ ਹੈ ਇਹਦਾ ਵਿਰੋਧ ਹੋ ਰਿਹਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਅਰਸ਼ਦੀਪ ਸਿੰਘ ਕਲੀਅਰ ਉਹਨਾਂ ਨੇ ਵੀ ਸਵਾਲ ਖੜੇ ਕੀਤੇ ਕਹਿੰਦੇ ਕਿਹੜੀਆਂ ਗੱਲਾਂ ਕਰਦੇ ਆ ਐਸ ਵੇਲੇ ਤਾਂ ਉਹ ਕਹਿੰਦੇ ਰਵਨੀਤ ਸਿੰਘ ਮਿੱਟੂ ਪੰਜਾਬ ਦੀ ਕੰਗੜਾ ਨੌਤ ਬਣਦੀ ਤਿਆਰੀ ਕਰ ਰਹੇ ਐ ਇਹ ਦੋਸ਼ ਲਗਾਏ ਉਹਨਾਂ ਨੇ ਇਲਜ਼ਾਮ ਉਹਨਾਂ ਦੇ ਸਵਾਲ ਇਹ ਨਹੀਂ ਕੌਣ ਕੀ ਬਣਦਾ ਪਿਆ ਸਵਾਲ ਇਹ ਹੈ ਕਿ ਪੰਜਾਬ ਦੇ ਭਲੇ ਦੀ ਗੱਲ ਕਿੱਥੇ ਐ ਇਹਦੀ ਜਗ੍ਹਾ ਤੇ ਜੇਕਰ ਪੰਜਾਬ ਦੇ ਵਿਕਾਸ ਦੀ ਗੱਲ ਕੀਤੀ ਜਾਵੇ ਇਹਦੀ ਜਗ੍ਹਾ ਤੇ ਜੇਕਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੰਡਸਟਰੀ ਖੋਲਣ ਦੀ ਗੱਲ ਕੀਤੀ ਜਾਵੇ ਉਦਯੋਗ ਲਗਾਏ ਜਾਣ ਤਾਂ ਗੱਲ ਵਧੀਆ ਹੋ ਸਕਦੀ ਐ ਹੁਣ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਅਫੀਮ ਲਈ ਲਾਇਸੈਂਸ ਦਿੱਤੇ ਜਾਂਦੇ ਸੀ ਇਹ 1900 ਤੇ ਉਨਾਰ ਦੀ ਗੱਲ ਹੈ ਜਿਸ ਵੇਲੇ ਪੰਜਾਬ ਦੇ ਵਿੱਚ 1200 ਲਾਇਸੈਂਸ ਦਿੱਤੇ ਗਏ ਹੁਣ ਇਹ ਗਿਣਤੀ ਸਿਰਫ 10 ਰਹਿ ਗਈ ਹੈ ਸਮੇਂ ਸਮੇਂ ਤੇ ਬਹੁਤ ਕੁਝ ਬਦਲ ਗਿਆ ਅਫੀਮ ਚੀਬਦ ਵਰਤੇ ਜਾਂਦਾ ਸੀ ਹੁਣ ਪਿੰਡਾਂ ਦੇ ਵਿੱਚ ਅਮਲੀ ਸ਼ਬਦ ਵੀ ਵਰਤ ਲਿਆ ਜਾਂਦਾ ਪਰ ਹੁਣ ਜਦੋਂ ਗੱਲ ਇੱਥੇ ਤੱਕ ਪਹੁੰਚ ਗਈ ਹੈ ਕਿ ਅੰਕੜਾ ਹੀ ਘਟਦਾ ਜਾ ਰਿਹਾ ਹੈ ਹਾਲਾਂਕਿ ਪੂਰੇ ਭਾਰਤ ਵਿੱਚ 112000 ਲਾਇਸੈਂਸ ਜਾਰੀ ਕੀਤੇ ਗਏ ਨੇ ਮੱਧ ਪ੍ਰਦੇਸ਼ ਹੋਵੇ ਰਾਜਸਥਾਨ ਹੋਵੇ ਹੋਰ ਵੀ ਕਈ ਥਾਵਾਂ ਯੂਪੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਜੇਕਰ ਇਹ ਚਰਚਾ ਛੜੀ ਹੈ ਤੇ ਇਹਦੇ ਪਿਛਲਾ ਕਾਰਨ ਕੀ ਹੈ ਇਹ ਨਹੀਂ ਕਿ ਇੱਥੇ ਹੈ ਕੈਨੇਡਾ ਵਰਗੇ ਮੁਲਕ ਦੇ ਵਿੱਚ ਵੀ ਬਹੁਤ ਕੁਝ ਹੁੰਦਾ ਹੈ ਭੰਗ ਦੀ ਖੇਤੀ ਕਈ ਥਾਵਾਂ ਤੇ ਹੈ ਅਮਰੀਕਾ ਦੇ ਵੀ ਕੁਝ ਕੁ ਸ਼ਹਿਰਾਂ ਦੇ ਵਿੱਚ ਹੈ ਕੁਝ ਕੁ ਸ਼ਹਿਰਾਂ ਦੇ ਵਿੱਚ ਕੁਝ ਕੁ ਸੂਬਿਆਂ ਦੇ ਵਿੱਚ ਸਖਤ ਪਾਬੰਦੀ ਹੈ ਪਰ ਇਹ बार-बार ਆਵਾਜ਼ ਉਠਣੀ बार-बार ਗੱਲ ਕਰਨੀ ਇਹਦੇ ਮਤਲਬ ਕੀ ਹੈ ਹੁਣ ਜਦੋਂ ਭਾਰਤੀ ਜਨਤਾ ਪਾਰਟੀ ਦੇ ਕੁਝ ਲੀਡਰ ਨੇ ਹਰਦੀਪ ਸਿੰਘ ਗਰੇਵਾਲੀ ਨੇ ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਲੱਕ ਕਰ ਲਿਆ ਕਿਨਾਰੇ ਹੀ ਕਰ ਦਿੱਤਾ ਇਸ ਬਿਆਨ ਤੋਂ ਹੋ ਸਕਦਾ ਉਹਨਾਂ ਦੀ ਸਹਿਮਤੀ ਨਾਲ ਨਾ ਹੋਵੇ ਰਵਨੀਤ ਸਿੰਘ ਬਿੱਟੂ ਪਿਛਲੇ ਦਿਨਾਂ ਤੋਂ ਕੁਛ ਜਿਹੜੀਆਂ ਗੱਲਾਂ ਕਰ ਰਹੇ ਨੇ ਕੁਛ ਜਿਹੜੇ ਮੁੱਦੇ ਖੜੇ ਕਰ ਰਹੇ ਨੇ ਉਹਨਾਂ ਦੇ ਆਪਣੀ ਜਗ੍ਹਾ ਤੇ ਠੀਕ ਹੋ ਸਕਦੇ ਨੇ ਉਹਨਾਂ ਨੂੰ ਲੱਗਦਾ ਇਹ ਠੀਕ ਨੇ ਪਰ ਸਵਾਲ ਇਹੀ ਹੈ ਕਿ ਕਦੀ ਕਿਸਾਨਾਂ ਨੂੰ ਕੁਛ ਕਹਿ ਦੇਣਾ ਕਦੀ ਕਹਿਣਾ ਉਹਨਾਂ ਦੀ ਪ੍ਰਾਪਰਟੀ ਦੀ ਜਾਂਚ ਕਰਾਵਾਂਗੇ ਇਹ ਇਹ ਸਵਾਲ ਬਹੁਤ ਵੱਡੇ ਨੇ ਆਉਣ ਵਾਲੇ ਦਿਨਾਂ 'ਚ ਇੱਕ ਵੱਡਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਰਵਾਇਤੀ ਨਸ਼ਿਆਂ ਦੀ ਗੱਲ ਕਿਉਂ ਚੱਲੀ ਹੈ ਇਹਦੀ ਜਗ੍ਹਾ ਤੇ ਪੰਜਾਬ ਦੇ ਵਿਕਾਸ ਦੀ ਗੱਲ ਹੁੰਦੀ ਤਾਂ ਗੱਲ ਸ਼ਾਇਦ ਕੁਛ ਹੋਰ ਹੁੰਦੀ ਪਰ ਇੱਥੇ ਇੱਕ ਗੱਲ ਕਰਨੀ ਹੋਰ ਬਣਦੀ ਹੈ ਜੇਕਰ ਕੇਂਦਰ ਸਰਕਾਰ ਨੇ ਪਹਿਲੀ ਅਪ੍ਰੈਲ 2016 ਤੋਂ ਰਾਜਸਥਾਨ ਵਿੱਚ ਭੁੱਖੀ ਦੇ ਠੇਕੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ ਤੇ ਹੁਣ ਪੰਜਾਬ ਦੇ ਵਿੱਚ ਕਿਉਂ ਸ਼ੁਰੂਆਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਿੰਨ ਥਾਵਾਂ ਤੇ ਜਿੱਥੇ ਸਾਰਾ ਕੁਝ ਚੱਲਦਾ ਹੈ ਰਾਜਸਥਾਨ ਹੋਵੇ ਜੂਪੀ ਹੋਵੇ ਮੱਧ ਪ੍ਰਦੇਸ਼ ਹੋਵੇ ਹੁਣ ਉੱਥੇ ਸਰਕਾਰਾਂ ਕਿਹਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਤੇ ਪੰਜਾਬ ਦੇ ਵਿੱਚ ਜੇਕਰ ਇਹ ਚਰਚਾ ਚੱਲੀ ਹੈ ਛਿੜੀ ਹੈ ਇਹ ਕਿਸੇ ਨਵੇਂ ਪਾਸੇ ਵੱਲ ਜਾ ਸਕਦੀ ਗੱਲ ਹੈ ਹਾਲਾਂਕਿ ਸਰਹੱਦੀ ਇਲਾਕਿਆਂ ਦੇ ਵਿੱਚ ਚਿੱਟਾ ਬਹੁਤ ਤੇਜ਼ੀ ਰਫ਼ਤਾਰ ਨਾਲ ਵੱਧਦਾ ਪਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੁਣ ਵੀ ਵੱਧਦਾ ਪਿਆ ਸਰਹੱਦਾਂ ਪਾਰ ਤੋਂ ਵੀ ਨਸ਼ਾ ਆ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਨੇ ਪਿਛਲੇ ਦਿਨੀ ਚਿੰਤਾ ਜ਼ਾਹਰ ਕੀਤੀ ਸੀ ਕਿ ਪਹਿਲਾਂ ਸਰਹੱਦ ਪਰੋਂ ਡਰੋਨ ਆਉਂਦੇ ਸੀ ਪਰ ਤਿੰਨ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰੀਆਂ ਜਿਹਦੇ ਜਿਹਦੇ ਵਿੱਚ ਇਧਰੋਂ ਡਰੋਨ ਗਿਆ ਤੇ ਨਸ਼ਾ ਇਧਰ ਆਇਆ ਪਰ ਤੁਸੀਂ ਦੇਖੋ ਕਰੋੜਾਂ ਰੁਪਏ ਦੇ ਲਾਲਚ ਲਈ ਜਲਦੀ ਅਮੀਰ ਹੋਣ ਦੇ ਚੱਕਰ ਦੇ ਵਿੱਚ ਨੌਜਵਾਨ ਪੀੜੀ ਕੁਰਾਹੇ ਪੈ ਰਹੀ ਹੈ ਇਧਰ ਨੂੰ ਜਾ ਰਹੀ ਹੈ ਪਹਿਲਾਂ ਮੁੰਡੇ ਸੀ ਹੁਣ ਕੁੜੀਆਂ ਵੀ ਹੈ ਇਸ ਕਟਨਾ ਕਰਮ ਦੇ ਵਿੱਚ ਜਿਹੜਾ ਵਾਧਾ ਲਗਾਤਾਰ ਹੁੰਦਾ ਜਾ ਰਿਹਾ ਹੈ ਜਿਹੜਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ ਇੱਕ ਚਿੰਤਾ ਦਾ ਵਿਸ਼ਾ ਜਿਹਨੂੰ ਥੱਲ ਪਾਉਣ ਦੀ ਜ਼ਰੂਰਤ ਹੈ ਰਵਾਇਤੀ ਨਸ਼ੇ ਇੱਕ ਸਮਾਂ ਸੀ ਫਿਰ ਕਹਿੰਦੇ ਐ ਕਿ ਉਸ ਵੇਲੇ ਲਤ ਸੀ ਆਦਤ ਸੀ ਸਸਤਾ ਸੀ ਉਹ ਖਾਂਦੇ ਸੀ ਪਰ ਹੁਣ ਹਾਲਾਤ ਹੋਰ ਨੇ ਜੇਕਰ ਇਹ ਸਾਰੀਆਂ ਚੀਜ਼ਾਂ ਖਤਮ ਕਰਕੇ ਸਿਰਫ ਤੇ ਸਿਰਫ ਮਿਹਨਤ ਦੀ ਗੱਲ ਕੀਤੀ ਜਾਵੇ ਨੌਕਰੀਆਂ ਦੀ ਗੱਲ ਕੀਤੀ ਜਾਵੇ ਉਦਯੋਗਾਂ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਅੱਜ ਹੋਰ ਹੋ ਸਕਦੇ ਨੇ ਵੈਸੇ ਤਾਂ ਜੇਕਰ ਪੰਜਾਬ ਦੇ ਵਿੱਚ ਖੇਤੀ ਮੁਖਤੰਦਆ ਬਣਾ ਦਿੱਤਾ ਜਾਵੇ ਇਸ ਤੋਂ ਇਲਾਵਾ ਹੋਰ ਸਹਾਇਕ ਧੰਦੇ ਅਪਣਾ ਲੈ ਜਾਣ ਤਾਂ ਇਹ ਆਪਣੇ ਆਪ ਹੀ ਖਤਮ ਹੋ ਜੇਣਾ ਪੰਜਾਬ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੁਰਾਂ ਨੇ ਵੀ ਇਹੀ ਗੱਲ ਕਹੀ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਪੰਜਾਬ ਦੇ ਵਿੱਚ ਖੇਤੀ ਹੋਣੀ ਚਾਹੀਦੀ ਜਾਂ ਨਹੀਂ ਅਫੀਮ ਦੀ ਉਹ ਕਹਿੰਦੇ ਸੀ ਜੇ ਹੋ ਜਵੇ ਤਾਂ ਕੋਈ ਮਾੜਾ ਨਹੀਂ ਪਰ ਇਹਨਾਂ ਜ਼ਰੂਰ ਹੈ ਕਿ ਜੇਕਰ ਨਾਲ ਦੀ ਨਾਲ ਧੰਦੇ ਹੋ ਜਾਣ ਨਾਲ ਨਾਲ ਖੇਤੀ ਨੂੰ ਬਣਾ ਲੈ ਜਾਵੇ ਤਾਂ ਸਾਰਾ ਕੁਝ ਠੀਕ ਹੋ ਸਕਦਾ ਹੈ ਮਾਹੌਲ ਸਾਰਾ ਵਧੀਆ ਹੋ ਸਕਦਾ ਹੈ ਇਸ ਚੀਜ਼ ਨੂੰ ਜ਼ਰੂਰਤ ਹੀ ਨਹੀਂ ਕਰਨ ਦੀ ਇਹ ਜੇਕਰ ਗੱਲਾਂ ਕੀਤੀਆਂ ਗਈਆਂ ਕਿਤੇ ਨਾ ਕਿਤੇ ਧਿਆਨ ਜ਼ਰੂਰ ਮੰਗਦੀਆਂ ਦੇਖਦੇ ਹਾਲਾਤ ਕਿਦੋਂ ਜਾਂਦੇ ਆ ਪਰ ਇਹਨਾਂ ਜ਼ਰੂਰ ਹੈ ਇਸ ਗੱਲ ਨੇ ਇੱਕ ਨਵੀਂ ਚਰਚਾ ਸ਼ੇਅਰ ਜ਼ਰੂਰ ਦਿੰਦੀ ਹੈ ਇਹ ਗੱਲ ਉਪਚੋਣ ਦੀ ਕਰਨੀ ਹੈ ਪੰਜਾਬ ਦੇ ਵਿੱਚ ਉਪਚੋਣ ਹੋਣ ਜਾ ਰਹੀਆਂ ਨੇ ਚਬੇয়াল ਡੇਰਾ ਬਾਬਾ ਨਾਨਕ ਬਰਨਾਲਾ ਤਿੱਗਦੜਬਾਹ ਗਿੱਦੜਵਾਹ ਸਭ ਤੋਂ ਹੌਟ ਸੀਟ ਬਣਦੀ ਜਾ ਰਹੀ ਹੈ ਠੀਕ ਇਸੇ ਤਰ੍ਹਾਂ ਬਰਨਾਲੇ ਵਿੱਚ ਵੀ ਫਸਮੀ ਟੱਕਰ ਹੋਣ ਵਾਲੀ ਹੈ ਡੇਰਾ ਬਾਬਾ ਨਾਨਕ ਤੋਂ ਕਈ ਤਰ੍ਹਾਂ ਦੀਆਂ ਸਭਾਵਨਾਵਾਂ ਕਦੀ ਲੱਗਦਾ ਪੈ ਕਿ ਸਿਆਸੀ ਤੌਰ ਤੇ ਹਾਲਾਤ ਬਦਲਦੇ ਜਾ ਰਹੇ ਨੇ ਹੁਣ ਉੱਥੇ ਰੰਧਾਵਾ ਸਾਹਿਬ ਨੇ ਜਿਹੜਾ ਤਿੰਨ ਦਿਨ ਪਹਿਲਾਂ ਦੋਸ਼ ਲਗਾਇਆ ਸੀ ਗੈਂਗਸਟਰ ਪ੍ਰਭਾਵ ਪਾ ਸਕਦੇ ਨੇ ਵੋਟਰਾਂ ਨੂੰ ਡਰੋਂ ਧੰਕਾਉਣ ਦਾ ਕੰਮ ਕਰਦੇ ਆ ਠੀਕ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹੀ ਬਿਆਨ ਦਿੱਤਾ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਇਸ ਵੇਲੇ ਸੁਚਿਆ ਸਿੰਘ ਲੰਗਾ ਕਿੱਧਰ ਜਾਣਗੇ ਉਹਨਾਂ ਦੀ ਵੋਟ ਕਿੱਧਰ ਜਾਵੇਗੀ ਅੰਦਰ ਖਾਤੇ ਕਈ ਸਿਆਸਤਦਾਨਾਂ ਨਾਲ ਹੋ ਰਹੀਆਂ ਮੀਟਿੰਗਾਂ ਭਾਵੇਂ ਇਸ ਗੱਲ ਦਾ ਸੰਕੇਤ ਨੇ ਕਿ ਆਮ ਆਦਮੀ ਪਾਰਟੀ ਵਾਲੇ ਪਾਸੇ ਵੀ ਵੋਟ ਪੁੱਗ ਸਕਦੀ ਹੈ ਪਰ ਇਹ ਹੋਣਾ ਕਿ ਨਹੀਂ ਇਹ ਸਮਾਂ ਦੱਸੇਗਾ ਪਰ ਇਹਨਾਂ ਜ਼ਰੂਰ ਹੈ ਚਰਚਾਾਂ ਵਿੱਚ ਕਈ ਤਰ੍ਹਾਂ ਦੀਆਂ ਨਹੀਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਉੱਥੋਂ ਬਹੁਤਾ ਸਰਗਰਮ ਨਹੀਂ ਸੀਗਾ ਅਕਾਲੀ ਦਲ ਦੇ ਬਹੁਤੇ ਲੀਡਰਾਂ ਦਾ ਬਿਆਨ ਆਇਆ ਵੀ ਨਹੀਂ ਲੰਗਾ ਸਾਹਿਬ ਜੇੜੀ ਪਿਛਲੇ ਦਿਨੀ ਇੱਕ ਮੀਟਿੰਗ ਹੋ ਕੇ ਹਟੀ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਦੇ ਨਾਲ ਉਹ ਤੋਂ ਕਈ ਤਰ੍ਹਾਂ ਦੇ ਸੰਕੇਤ ਲੱਗਦੇ ਨਜ਼ਰ ਆ ਰਹੇ ਨੇ ਜੇਕਰ ਗਿੱਦੜਵਾਹ ਦੀ ਗੱਲ ਕਰੀਏ ਗਿੱਦੜਵਾਹ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਲੋਕਾਂ ਦੇ ਰੂਬਰੂ ਹੋ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਹਾਲਾਂਕਿ ਉਹਨਾਂ ਦੇ ਸ਼ਬਦਾਂ ਦੇ ਵਿੱਚ ਬਾਦਲ ਪਰਿਵਾਰ ਦਾ ਜ਼ਿਕਰ ਕਈ ਤਰ੍ਹਾਂ ਦੇ ਸਿਆਸੀ ਸੰਕੇਤ ਦੇ ਰਿਹਾ ਹੈ ਇਸੇ ਤਰ੍ਹਾਂ ਦੇ ਸੰਕੇਤ ਡੇਰਾ ਬਾਬਾ ਨਾਨਕ ਵਿੱਚ ਲੰਗਾਹ ਸ਼ਬਦ ਸ਼ਬਦਾਂ ਤੋਂ ਵੀ ਨਿਕਲਦੇ ਆ ਤੇ ਠੀਕ ਹੈ ਇਸ ਤਰ੍ਹਾਂ ਰਵੀ ਕਾਨ ਸਿੰਘ ਕਾਲੂ ਹੁਰਾਂ ਦੇ ਸ਼ਬਦ ਵੀ ਦੇਖੇ ਜਾਣ ਕਿ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਨਾਲ ਗੱਠਜੋੜ ਹੋਣ ਦੀਆਂ ਸੰਭਾਵਨਾਵਾਂ ਜੇਕਰ ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾਣ ਤੇ ਮਤਲਬ ਕੀ 2027 ਲਈ ਇੱਕ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਸੋਨ ਸਿੰਘ ਠੰਡਲ ਹੁਰਾਂ ਦੇ ਕਈ ਪ੍ਰੋਗਰਾਮਾਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਸੁਣਨੇ ਨੂੰ ਅਜੇ ਵੀ ਮਿਲਿਆ ਕੋਈ ਸ਼ੱਕ ਨਹੀਂ ਚਾਰ ਵਾਰ ਉਹਨਾਂ ਨੂੰ ਵਿਧਾਇਕ ਅਕਾਲੀ ਦਲ ਦੀ ਪਾਰਟੀ ਵੱਲੋਂ ਬਣਨ ਦਾ ਹੀ ਮੌਕਾ ਮਿਲਿਆ ਕੀ ਆਉਣ ਵਾਲੇ ਸਮੇਂ 'ਚ ਗੱਠਜੋੜ ਹੋਣ ਦੇ ਸੰਕੇਤ ਹੈ ਗੱਲ ਚੱਲਦੀ ਪਈ ਆ ਅੰਦਰ ਖਾਤੇ ਬਹੁਤ ਕੁਝ ਹੋ ਰਿਹਾ ਠੀਕ ਇਸੇ ਤਰ੍ਹਾਂ ਗਿਦਰਬਾਹ ਤੋਂ ਵੀ ਗੱਲ ਕਰ ਲੈਣੇ ਹੁਣ ਮਨਪੀਤ ਸਿੰਘ ਬਾਦਲ ਜਿੱਦੋਂ ਲੋਕਾਂ ਵਿੱਚ ਜਾਂਦੇ ਆ ਤੇ ਗੱਲ ਨੌਕਰੀ ਦੀ ਕਰਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਮੇ ਸਮਝੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਨੌਜਵਾਨਾਂ ਨੂੰ ਨੌਕਰੀਆਂ ਕਿਵੇਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਪਰ ਨਹੀਂ ਇੱਥੇ ਬਹੁਤੇ ਵਿਚਾਰ ਹੁੰਦੇ ਨਹੀਂ ਦਿੱਲੀ ਵਿੱਚ ਜਦੋਂ ਚੋਣਾ ਸੀ ਕੈਪਟਨ ਅਮਰਿੰਦਰ ਸਿੰਘ ਹੈ ਕਹਿੰਦੇ ਅਸੀਂ 7-8 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗੱਲਾਂ ਕਰਿਆ ਜਦੋਂ ਪੰਜਾਬ ਦੇ ਵਿੱਚ ਆਏ ਕਾਗਜੀ ਜੀ ਜਵਾਬ ਮੰਗਿਆ ਕਿਸੇ ਦੇ ਕੋਲ ਕੋਈ ਵੀ ਜਵਾਬ ਨਹੀਂ ਸੀ ਜੋਗੀ ਅਦਿੱਤਿਆ ਨਦੀ ਸਰਕਾਰ ਉਹ 10 ਲੱਖ ਨੌਕਰੀਆਂ ਦੇਣ ਦਾ ਦਾਵਾ ਵਾਦਾ ਕਰਦੇ ਰਹੇ ਸੀ ਕਿੰਨਿਆਂ ਨੂੰ ਮਿਲੀਆਂ ਕੀ ਲੱਖ ਵੀ ਅੰਕੜਾ ਪਾਰ ਹੋਇਆ ਕਾਗਜੀ ਅੰਕੜੇ ਕੁਛ ਹੋਰ ਕਹਿੰਦੇ ਨੇ ਦਿੱਲੀ ਦੇ ਵਿੱਚ ਮੋਦੀ ਸਾਹਿਬ ਦੀ ਜੋ ਸਰਕਾਰ ਦੂਜੀ ਵਾਰ ਬਣੀ ਹੁਣ ਤਾਂ ਤੀਜੀ ਵਾਰ ਆ ਕੇ ਦੂਸਰੀ ਵਾਰ ਜੋ ਸਰਕਾਰ ਬਣੀ ਉਹਨਾਂ ਨੇ ਵੀ ਵਾਅਦੇ ਕੀਤੇ ਸੀ ਕਿ ਦੇਸ਼ ਦੇ ਵਿੱਚ 10 ਲੱਖ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕਰਾਂਗੇ ਹਾਲਾਂਕਿ ਬਹੁਤ ਸਾਰੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਬੰਡੇ ਵੀ ਪਰ ਦੇਖ ਕੇ ਕਹੀਏ ਐਨੇ ਅੰਕੜਾ ਸੀ ਤਾਂ ਫਿਰ ਉੱਪਰ ਤੋਂ ਲੈ ਕੇ ਹੇਠਲੇ ਪਾਸੇ ਤੱਕ ਬਹੁਤ ਸਾਰੀਆਂ ਸਰਕਾਰੀ ਥਾਵਾਂ ਨੇ ਜਿਹੜੀਆਂ ਖਾਲੀ ਪਈਆਂ ਨੇ ਵੈਕੈਂਸੀਆਂ ਖਾਲੀ ਕਿਉਂ ਐ ਸੀਬੀਆਈ ਈਡੀ ਵਿਭਾਗ ਦੇ ਵਿੱਚ ਵੀ ਪੀਐਮਓ ਦਫ਼ਤਰ ਦੇ ਵਿੱਚ ਵੀ ਬਹੁਤ ਸਾਰੀਆਂ ਵੈਕੈਂਸੀਆਂ ਖਾਲੀ ਸੀ ਇਹਦਾ ਕਾਰਨ ਕੀ ਹੈ ਕਿ ਇਹਦੇ ਪਿੱਛੇ ਵਾਕਈ ਇੱਕ ਬੇਰੋਜ਼ਗਾਰੀ ਹੈ ਕਿ ਇਹਦੇ ਪਿੱਛੇ ਵਾਕਈ ਲੱਗਦਾ ਪਿਆ ਕਿ ਸਰਕਾਰ ਪੈਸਾ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੁਝ ਨਾ ਕੁਝ ਤਾਂ ਹੈ ਇਹ ਸੱਚ ਸਾਹਮਣੇ ਆਉਣਾ ਚਾਹੀਦਾ ਪਰ ਇਹਦੇ ਬਾਰੇ ਕਦੀ ਗੱਲਬਾਤ ਬਹੁਤੀ ਹੋਈ ਨਹੀਂ ਹੁਣ ਜਦੋਂ ਮਨਪੀਰ ਸਿੰਘ ਬਾਦਲ ਇਹ ਗੱਲ ਕਰਦੇ ਨੇ ਕਿ ਭਾਈ ਅਸੀਂ ਜਦੋਂ ਸੱਤਾ ਦੇ ਵਿੱਚ ਆ ਗਏ ਗੱਲ ਕਰਾਂਗੇ ਉੱਪਰਲੇ ਪਾਸੇ ਜਾ ਕੇ ਪੰਜਾਬ ਦੇ ਵਿੱਚ ਨੌਕਰੀਆਂ ਪੈਦਾ ਕੀਤੀਆਂ ਜਾਣ ਇਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਫੌਜ ਦੀ ਨੌਕਰੀ ਦਾ ਬੀਐਸਐਫ ਦੀ ਨੌਕਰੀ ਦਾ ਜਦੋਂ ਇੰਨਾ ਸਮਾਂ ਸੱਤਾ ਦੇ ਵਿੱਚ ਰਹਿ ਕੇ ਤੁਸੀਂ ਗਏ ਹੋਵੋ ਉਸ ਵੇਲੇ ਕਿਉਂ ਨਹੀਂ ਮੌਕੇ ਪੈਦਾ ਕੀਤੇ ਗਏ ਉਸ ਵੇਲੇ ਕਿਉਂ ਨਹੀਂ ਸਿਖਲਾਈ ਕੇਂਦਰ ਖੋਲੇ ਗਏ ਕਿ ਨੌਜਵਾਨ ਉਧਰਲੇ ਪਾਸੇ ਜਾਣ ਸਵਾਲ ਸਮੇਂ-ਸਮੇਂ ਤੇ ਖੜੇ ਹੁੰਦੇ ਆ ਹੁਣ ਇਹੀ ਗੱਲ ਨੂੰ ਜੇਕਰ ਦੇਖਿਆ ਜਾਵੇ ਆਮ ਆਦਮੀ ਪਾਰਟੀ ਦੇ ਕਈ ਲੀਡਰਨ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਕਾਂਗਰਸ ਪਾਰਟੀ ਦੇ ਕਈ ਲੀਡਰਨ ਕੀਤੇ ਉਹ ਕਹਿੰਦੇ ਜਾਣਬੁੱਝ ਕੇ ਇੱਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਨਹੀਂ ਇਦਾਂ ਦਾ ਜੇਕਰ ਕਰਨਾ ਹੁੰਦਾ ਤਾਂ ਆਪਣੇ ਕਾਰਜਕਾਲ ਦੇ ਦੌਰਾਨ ਕੀਤਾ ਜਾ ਸਕਦਾ ਸੀ ਠੀਕ ਹੈ ਲੋਕਾਂ ਨਾਲ ਵਾਅਦੇ ਕੀਤੇ ਜਾ ਰਹੇ ਆ ਇਹ ਵਾਅਦੇ ਪੂਰੇ ਹੋਣਗੇ ਕਿ ਨਹੀਂ ਪਤਾ ਨਹੀਂ ਇਸ ਸਮਾਂ ਦੱਸੇਗਾ ਕਿ ਨਹਿਰਾਂ ਬਣਨੀਆਂ ਕਿ ਨਹੀਂ ਇਸ ਸਮਾਜ ਅਸੀਗਾ ਟ੍ਰੇਨ ਮਿਲਨੀ ਹੈ ਕਿ ਨਹੀਂ ਅੱਜ ਕਹਿੰਦੇ ਆ ਕਿ ਕੇਂਦਰ ਦੇ ਵਿੱਚ ਰਵਨੀ ਸਿੰਘ ਬਿੱਟੂ ਦੇ ਨਾਲ ਬਹੁਤ ਯਾਰੀ ਹੈ ਜੇਕਰ ਟ੍ਰੇਨ ਪਾਸ ਹੁਣੀ ਹੁੰਦੀ ਤਾਂ ਹੁਣ ਨੂੰ ਹੋ ਸਕਦੀ ਸੀ ਤੇ ਹੋਈ ਕਿਉਂ ਨਹੀਂ ਅੱਜ ਇਹ ਸਵਾਲ ਪੁੱਛੇ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਦੀ ਚਰਚਾ ਬਹੁਤ ਜਲਦੀ ਪਈ ਹੈ ਜੇਕਰ ਇੱਕ ਬ੍ਰਿਜ ਬਣਾਉਣ ਦੇ ਲਈ ਉਹ ਕਹਿੰਦੇ ਆ ਕਿ ਕੇਂਦਰੀ ਗ੍ਰਹਿ ਮੰਤਰੀ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਵਿਭਾਗ ਕਿਸੇ ਦੇ ਕੋਲ ਆ ਫਿਰ ਮੁਲਾਕਾਤ ਉਹਨਾਂ ਦੇ ਨਾਲ ਕਿਉਂ ਕੀਤੀ ਗਈ ਇਹ ਤਾਂ ਅਕਾਲੀ ਦਲ ਦੇ ਨਾਲ ਮੀਟਿੰਗਾਂ ਲਈ ਇੱਕ ਰਾਹ ਪੁੱਧਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਚਰਚੇ ਵੱਡੇ ਪੱਧਰ ਤੇ ਚੱਲ ਰਹੀ ਹੈ ਇਹ ਸੱਚ ਹੈ ਕਿ ਨਹੀਂ ਇਹ ਸਮਾਂ ਦੱਸੇਗਾ ਪਰ ਇਹਨਾਂ ਜ਼ਰੂਰ ਹੈ ਮਨਪੀਰ ਸਿੰਘ ਬਾਦਲ ਦਾ ਇਹ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨੌਕਰੀਆਂ ਪੈਦਾ ਕਰਾਂਗੇ ਇਹ ਬਹੁਤ ਚੰਗੀ ਗੱਲ ਹੈ ਇਹ ਕਿਤੇ ਚੋਗਾ ਪਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਕੀ ਹੈ ਦਰਅਸਲ ਪੰਜਾਬ ਦੇ ਵਿੱਚ ਸਮੇਂ-ਸਮੇਂ ਤੇ ਸਿਆਸਤਦਾਨ ਇਸ ਤਰ੍ਹਾਂ ਦੇ ਵਾਅਦੇ ਦਾਵੇ ਕਰ ਹੀ ਦਿੰਦੇ ਆ ਤਬਾਦ ਦੇ ਵਿੱਚ ਭਾਰਤ ਦੇ ਵੀ ਸਾਡੇ ਬਹੁਤ ਸਾਰੇ ਲੀਡਰ ਸਹਿਬਾਨ ਨੇ ਜਿਹੜੇ ਕਹਿੰਦੇ ਜੇ ਤੋ ਇੱਕ ਚੋਣ ਜੁਮਲਾ تھا ਫਿਰ ਚੋਣਾਂ ਤੋਂ ਪਹਿਲਾਂ ਕੀਤੇ ਹੋਏ ਵਾਅਦੇ ਕੀ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਅਮਰਿੰਦਰ ਸਿੰਘ ਰਾਜਾਵੜਿੰਗ ਤਾਂ ਸਾਫ਼ ਕਹਿ ਰਹੇ ਨੇ ਕਿ ਇਹ ਗੁੰਮਰਾਹ ਕਰਨ ਦੀ ਜਤਨੀ ਕੀਤਾ ਜਾ ਰਿਹਾ ਹੈ ਹੋ ਸਕਦਾ ਮਨਪੀਰ ਸਿੰਘ ਬਾਦਲਾ ਕੋਈ 비ਜਨ ਹੋਵੇ ਹੋ ਸਕਦਾ ਮਨਪੀਰ ਸਿੰਘ ਬਾਦਲ ਦੇ ਕੋਲ ਕੋਈ ਅਜਿਹਾ ਲਿਖਤੀ ਰੂਪ ਦੇ ਵਿੱਚ ਪਿਆ ਹੋਵੇ ਕਿ ਅਸੀਂ ਜੇਕਰ ਜਿੱਤ ਗਏ ਨਾ ਇੱਥੇ ਇੱਥੇ ਐਨੀਆਂ ਨੌਕਰੀਆਂ ਦੇਣੀਆਂ ਹੀ ਦੇਣੀਆਂ ਇਹ ਚੰਗੀ ਗੱਲ ਹੋ ਸਕਦੀ ਹੈ ਨੌਜਵਾਨਾਂ ਨੂੰ ਕੇਂਦਰੀ ਬਲਾਂਚ ਨੌਕਰੀਆਂ ਦੀ ਪੇਸ਼ਕਸ਼ ਦਾ ਵੀਡੀਓ ਵਾਇਰਲ ਹੋ ਰਿ ਇਹ ਵੀਡੀਓ ਅਸਲੀ ਹੈ ਕਿ ਨਕਲੀ ਕਾਲੂ ਇਹ ਵੀ ਚਰਚਾ ਚੱਲ ਸਕਦੀ ਹੈ ਅਸਲੀ ਹੈ ਕਿ ਨਹੀਂ ਅਜੇ ਤੱਕ ਇਹ ਵੀ ਪਤਾ ਨਹੀਂ ਪਰ ਉਸ ਵੀਡੀਓ ਨੇ ਕਈ ਤਰ੍ਹਾਂ ਦੇ ਚਰਚੇ ਸ਼ੇਅਰ ਜ਼ਰੂਰ ਦਿੱਤੇ ਆ ਚਰਚਿਆਂ ਦੀ ਗੱਲ ਕਰੀਏ ਤਾਂ ਗੱਲ ਉਸ ਪਿੰਡ ਦੀ ਕਰਨੀ ਬਣਦੀ ਹੈ ਜਿੱਥੇ ਦਾ ਅੱਜ ਹਰ ਇੱਕ ਬੰਦਾ ਅੱਜ ਉਦਾਸ ਹੈ ਦੋ ਪਿੰਡਾਂ ਦੀ ਗੱਲ ਹੈ ਉਹਦਾ ਕਾਰਨ ਕੀ ਹੈ ਆਮ ਤੌਰ ਤੇ ਜਦੋਂ ਕਿਸੇ ਘਰ ਦੇ ਵਿੱਚ ਵਿਆਹ ਧਰਿਆ ਹੁੰਦਾ ਨਾ ਖੁਸ਼ੀ ਬਹੁਤ ਹੁੰਦੀ ਹੈ ਤਿੰਨ ਤਿੰਨ ਚਾਰ ਚਾਰ ਦਿਨ ਪਹਿਲਾਂ ਚਾ ਸਿਖਰਾਂ ਤੇ ਹੁੰਦੇ ਆ ਚਾ ਤਾਂ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਆ ਪਰ ਤਿੰਨ ਚਾਰ ਪਹਿਲਾਂ ਦੇ ਦੰਦਾ ਜਿਹੜਾ ਚਾ ਹੁੰਦਾ ਉਹ ਸਿਖਰ ਤੇ ਹੁੰਦਾ ਹੈ ਮਾਪਿਆਂ ਨੂੰ ਹੁੰਦਾ ਕਿ ਬੱਚੇ ਖੁਸ਼ੀ ਖੁਸ਼ੀ ਜੀਵਨ ਬਤੀਤ ਕਰਨ ਕਿਉਂਕਿ ਉਹਨਾਂ ਦਾ ਪੂੰਜੀ ਹੁੰਦੀ ਹੈ ਸਰਮਾਇਆ ਹੁੰਦਾ ਪਰ ਜਦੋਂ ਹਾਲਾਤ ਅਚਾਨਕ ਇਦਾਂ ਦੇ ਬਣ ਜਾਂਦੇ ਆ ਕਿ ਘਟਨਾ ਕੋਈ ਵਾਪਰ ਜਾਂਦੀ ਹੈ ਉਮਰ ਪਰਦਾ ਰੋਣਾ ਵੀ ਹੋ ਜਾਂਦਾ ਜਿੱਤੇ ਖੁਸ਼ੀਆਂ ਦੀ ਗੱਲ ਹੁੰਦੀ ਹੈ ਫਿਰ ਉਮਰਾਂ ਦੇ ਰੋਣੇ ਵੀ ਬਣ ਕੇ ਰਹਿ ਜਾਂਦੇ ਨੇ ਹੁਣ ਜਦੋਂ ਫਿਰੋਜ਼ਪੁਰ ਦੇ ਵਿੱਚ ਤਰਨਤਰੰਤੋਂ ਸਰਹਾਲੀਕਰਾਂ ਤੋਂ ਇੱਕ ਨੌਜਵਾਨ ਬਰਾਤ ਲੈ ਕੇ ਫਿਰੋਜ਼ਪੁਰ ਦੇ ਇੱਕ ਪਿੰਡ ਵਿੱਚ ਗਿਆ ਉੱਥੇ ਜਾ ਕੇ ਘਟਨਾ ਅਜਿਹੀ ਵਾਪਰ ਜਾਂਦੀ ਹੈ ਜਿਹਦੇ ਕਰਕੇ ਹੋ ਸਕਦਾ ਹੈ ਕਿ ਅੱਖਾਂ ਦੇ ਮੂਰੇ ਪਲ-ਪਲ ਉਹ ਦ੍ਰਿਸ਼ ਆਵੇ ਸਵੇਰੇ ਬਰਾਤ ਪਹੁੰਚਦੀ ਹੈ ਸ਼ਗਨ ਸਾਰੇ ਹੁੰਦੇ ਆ ਲਾਵਾ ਹੁੰਦੀਆਂ ਨੇ ਮਿਲ ਕੇ ਪਰਿਵਾਰ ਖਾਣਾ ਖਾਂਦੇ ਆ ਜਦੋਂ ਵਿਦਾਇਗੀ ਦਾ ਵੇਲਾ ਆਉਂਦਾ ਡੋਲੀ ਤੁਰਨੀ ਹੁੰਦੀ ਹੈ ਇਹ ਘਟਨਾ ਵਾਪਰ ਜਾਂਦੀ ਹੈ ਇੱਕ ਗੋਲੀ ਚੱਲਦੀ ਹੈ ਗੋਲੀ ਉਸ ਕੁੜੀ ਦੇ ਲੱਗਦੀ ਜਿਹਦਾ ਵਿਆਹ ਸੀ ਸਿਰ ਦੇ ਵਿੱਚ ਗੋਲੀ ਲੱਗਦੀ ਸਾਰੇ ਪਾਸੇ ਹਾਹਾਕਾਰ ਮਚ ਜਾਂਦਾ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਾਇਆ ਜਾਂਦਾ ਹੈ ਰੈਫਰ ਕਰ ਦਿੱਤਾ ਜਾਂਦਾ ਹੈ ਹਾਲਾਤ ਗੰਭੀਰ ਦੇਖ ਕੇ ਬਾਅਦ ਪਤਾ ਲੱਗਦਾ ਕਿ ਕੁੜੀ ਦੇ ਪਰਿਵਾਰ ਦੇ ਮੈਂਬਰਾਂ ਨੇ ਹੀ ਕਿਸੇ ਨੇ ਗੋਲੀ ਚਲਾਈ ਹੈ ਪਹਿਲਾਂ ਤੇ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਹੇ ਕੌਣ ਫਿਰ ਬਾਅਦ ਪਤਾ ਲੱਗਾ ਕਿ ਉਹਦਾ ਬਹੁਤ ਕਰੀਬੀ ਹੈ ਪਰਿਵਾਰ ਦੇ ਵਿੱਚ ਕੋਈ ਕਹਿੰਦਾ ਭਰਾ ਆ ਕੋਈ ਚਾਚੇ ਤਾਇਆ ਦੇ ਵਿੱਚੋਂ ਗੱਲ ਕਰ ਰਿਹਾ ਹੈ ਕੋਈ ਵੀ ਹੈ ਐਫ ਆਈ ਆਰ ਦਰਜ ਹੋ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ ਕਿ ਪੰਜਾਬੀਓ ਤੁਰੇ ਕਿੰਦਰ ਨੂੰ ਖੁਸ਼ੀ ਦੇ ਤਾਂ ਹੋਰ ਵੀ ਬਹੁਤ ਸਾਰੇ ਮੌਕੇ ਨੇ ਖੁਸ਼ੀ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਜੇਕਰ ਖੁਸ਼ੀ ਮਨਾਉਣੀ ਹੈ ਤਾਂ ਉਹਨਾਂ ਤਰੀਕਿਆਂ ਨਾਲ ਮਨਾਈ ਜਾ ਸਕਦੀ ਹੈ ਪਰ ਇੱਥੇ ਗੋਲਗੀਆਂ ਚਲਾਉਣ ਦਾ ਮਤਲਬ ਕੀ ਹੈ ਦਰਅਸਲ ਪੰਜਾਬ ਦੇ ਵਿੱਚ ਕੋਈ ਪਹਿਲੀ ਘਟਨਾ ਨਹੀਂ ਆ ਚਾਰਕ ਸਾਲਾਂ ਦੇ ਵਿੱਚ ਇਹਨਾਂ ਘਟਨਾਵਾਂ ਵਿੱਚ ਵਾਧਾ ਹੋਇਆ ਮੈਰਿਜ ਪੈਲਸਾਂ ਵਿੱਚ ਅਸੀਂ ਵੀ ਜਾਂਦੇ ਹਾਂ ਤੁਸੀਂ ਵੀ ਜਾ ਕੇ ਦੇਖਿਆ ਉਹਨਾਂ ਨੇ ਬਾਹਰਲੇ ਪਾਸੇ ਲਿਖ ਕੇ ਤਾਂ ਲਾਇਆ ਹੁੰਦਾ ਕਿ ਹਥਿਆਰ ਅੰਦਰ ਲੈ ਕੇ ਜਾਣਾ ਮਨਾ ਤੇ ਜੇਕਰ ਇਹ ਹਥਿਆਰ ਅੰਦਰ ਲੈ ਕੇ ਜਾਣਾ ਮਨਾ ਤਾਂ ਫਿਰ ਅੰਦਰ ਹਥਿਆਰ ਕਿਵੇਂ ਚਲੇ ਜਾਂਦੇ ਆ ਕੀ ਇਹ ਸਿਰਫ ਬੋਰਡ ਲਿਖਣ ਨਹੀਂ ਹੁੰਦੇ ਆ ਸੁਨਹਿਰੀ ਅੱਖਰਾਂ ਦੇ ਨਾਲ ਬੰਦੂਕਾਂ ਬਣਾਈਆਂ ਹੁੰਦੀਆਂ ਇਹ ਤਿਰਸ਼ੀਆਂ ਜੀਆਂ ਕਰਕੇ ਇਹ ਰਵਾਜ ਕਿੱਥੋਂ ਚੱਲ ਪਿਆ ਪੰਜਾਬ ਦੇ ਵਿੱਚ ਇਹ ਕੰਮ ਕਿਉਂ ਚੱਲ ਪਿਆ ਇਹ ਸੁੱਕੀ ਚੌਧਰ ਲਈ ਕੰਮ ਕਿਉਂ ਚੱਲਦਾ ਪਿਆ ਅੱਜ ਕੁਸ਼ਕ ਡੀਜੇ ਵਾਲੇ ਵੀ ਅਜਿਹੇ ਨੇ ਜਦੋਂ ਅੰਦਰ ਕੌੜਾ ਘੁੱਟ ਕਿਸੇ ਨੇ ਕੀਤਾ ਹੁੰਦਾ ਲਾਲ ਰੰਗ ਦਾ ਪਾਣੀ ਅੰਦਰ ਲੰਘਿਆ ਹੁੰਦਾ ਤਾਂ ਉਹ ਵੀ ਫਿਰ ਗਾਣੇ ਅਜਿਹੇ ਲੱਗਦੇ ਆ ਕਿ ਜੇਬ ਦੇ ਵਿੱਚੋਂ ਮੱਲੋ ਮੱਲੀ ਨੋਟ ਨਿਕਲਣ ਜੇਕਰ ਹਥਿਆਰ ਵਾਲਾ ਆ ਤੇ ਕੋਈ ਹਥਿਆਰਾਂ ਵਾਲੇ ਗਾਣੇ ਚੱਲ ਜਾਂਦੇ ਆ ਜਾਣ ਬੁੱਝ ਕੇ ਲਗਾਏ ਜਾਂਦੇ ਆ ਕਿ ਇਹਨਾਂ ਦੀ ਜੇਬ ਦੇ ਵਿੱਚੋਂ ਪੈਸੇ ਬਾਹਰ ਆਉਣ ਇਹ ਫੁਕਰਾ ਪੰਥੀ ਦਾ ਸਿਖਰ ਹੈ ਇਹ ਚੌਧਰ ਹੈ ਜਿਹਦੇ ਕਰਕੇ ਨੁਕਸਾਨ ਪਰਵਾਰਾਂ ਦਾ ਹੋਰ ਹੈ। ਦਸੂਏ ਦੇ ਕੋਲ ਇੱਕ ਵਿਆਹ ਸੀ। ਉੱਥੇ ਫੋਟੋਗ੍ਰਾਫਰ ਨੌਜਵਾਨ ਉਹਦਾ ਕੀ ਕਸੂਰ ਸੀ? ਮੂਵੀ ਬਣਾ ਰਿਹਾ ਸੀ ਵਿਆਹ ਦੀ। ਉਹਦੇ ਆ ਕੇ ਗੋਲੀ ਲੱਗਦੀ ਐ। ਉਹਦੀ ਮੌਤ ਹੋ ਜਾਂਦੀ ਐ। ਠੀਕ ਇਸੇ ਤਰ੍ਹਾਂ ਮੋਗੇ ਦੇ ਵਿੱਚ ਇੱਕ ਸਟੇਜ ਤੇ ਪਰਫਾਰਮੈਂਸ ਕਰ ਰਹੀ ਕੁੜੀ ਹੁਣ ਉਹਦੇ ਗੋਲੀ ਲੱਗ ਜਾਂਦੀ ਐ। ਮਾਰ ਦਿੱਤੀ ਜਾਂਦੀ ਐ ਲੱਗਦੀ ਐ। ਉਹ ਵੀ ਇੱਕ ਸਵਾਲ ਉਦੋਂ ਦਾ ਹੀ ਸਾਹਮਣੇ ਘੁੰਮਦਾ ਪਿਆ। ਚਲੋ ਉਹ ਕਹਿੰਦੇ ਜੀ ਕੁਛ ਜਾਣ ਬੁੱਝ ਕੇ ਗੋਲੀ ਨਹੀਂ ਮਾਰੀ ਸੀਗੀ। ਉਹ ਗਲਤੀ ਨਾਲ ਲੱਗੀ। ਇਹ ਗਲਤੀ ਨਾਲ ਹੀ ਹੁੰਦੀ ਆ ਕੱਲ ਵੀ ਤੇ ਜਿਹੜਾ ਹੋਇਆ ਗਲਤੀ ਨਾਲ ਹੀ ਹੋਇਆ ਸਾਰਾ ਕੁਝ ਜਾਣ ਬੁਝ ਕੇ ਤਾਂ ਕੋਈ ਵੀ ਨਹੀਂ ਚਾਹੁੰਦਾ ਜੇਕਰ ਉਹ ਵਾਕਈ ਭਰਾ ਸੀ ਤਾਂ ਕੌਣ ਭਰਾ ਚਾਹੁੰਦਾ ਕਿ ਜਿਸ ਦਿਨ ਵਿਆਹ ਆ ਤੇ ਉਸੇ ਦਿਨ ਹੀ ਭੈਣ ਦੇ ਗੋਲੀ ਵੱਜ ਜਵੇ ਕੋਈ ਵੀ ਨਹੀਂ ਚਾਹੁੰਦਾ ਪਰ ਅੰਦਰ ਜੋ ਗਿਆ ਸੀ ਅੰਦਰ ਜਿਹੜਾ ਕੌੜੇ ਕੁੱਟ ਕਰਨ ਵਾਲਾ ਲਾਲ ਪਾਣੀ ਗਿਆ ਸੀ ਇਹ ਕਸੂਰ ਸਿਰਫ ਉਹਦਾ ਹੁਣ ਉਮਰਾ ਪਰ ਦਰ ਹੋਣਾ ਇਹ ਜਿਹੜੀ ਫੁਕਰਾ ਪੰਥੀ ਵਿੱਚ ਜੋ ਘਟਨਾ ਵਾਪਰ ਗਈ ਹੈ ਹੁਣ ਪਤਾ ਨਹੀਂ ਇਹਦਾ ਮਾਮਲੇ ਦਾ ਬਣਨਾ ਕੀ ਹੈ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਪਰ ਅਜੇ ਹ ਘਟਨਾਵਾ ਸ਼ਰਮਸਾਰ ਕਰਦੀਆਂ ਨੇ ਸੋਚਣ ਨੂੰ ਮਜਬੂਰ ਕਰਦੀਆਂ ਨੇ ਕਿ ਆਖਰ ਇਹ ਹੋ ਕੀ ਗਿਆ ਜੇਕਰ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਇੱਕ ਵੱਡਾ ਨੁਕਸਾਨ ਪੰਜਾਬ ਦਾ ਹੋਣਾ ਜਾਵੇ ਹਥਿਆਰਾਂ ਤੇ ਕੰਟਰੋਲ ਕਰਨਾ ਚਾਹੀਦਾ ਬਹੁਤ ਸਾਰੇ ਲੋਕ ਨੇ ਜਿਹੜੇ ਹਥਿਆਰ ਬਣਾਉਂਦੇ ਸੀ ਸ਼ੁਰੂ ਵਿੱਚ ਵੀ ਜ਼ਿਕਰ ਕੀਤਾ ਹਥਿਆਰ ਰੱਖਣੇ ਬਹੁਤ ਸੌਖੇ ਆ ਪਰ ਉਹਤੇ ਕਾਬੂ ਕਰਕੇ ਰੱਖਣਾ ਬਹੁਤ ਔਖਾ ਹਥਿਆਰ ਨੂੰ ਪਤਾ ਨਹੀਂ ਕਦੋਂ ਚੱਲਣਾ ਕਦੋਂ ਨਹੀਂ ਇਹ ਮਨੁੱਖ ਦੇ ਦਿਮਾਗ ਤੇ ਆ ਜੇਕਰ ਗੁੱਸੇ ਤੇ ਕਾਬੂ ਨਾ ਹੋਇਆ ਹਥਿਆਰ ਚੱਲ ਜਾਂਦੇ ਆ ਬਹੁਤ ਵੱਡੇ ਨੁਕਸਾਨ ਹੁੰਦੇ ਵੀ ਦੇਖਿਆ ਹੈ ਜਿਹੜੇ ਸ਼ੌਂਕ ਰੱਖਦੇ ਹੈ ਕੋਈ ਕਹਿੰਦਾ ਜੀ ਮੈਂ ਇੱਕ ਫਾਇਰ ਕੀਤੇ ਮੈਂ ਦੋ ਕਰੂੰਗਾ ਕੋਈ ਦਿਨਾਲੀਆਂ ਚੱਕੀ ਫਿਰਦਾ ਕੋਈ ਰਿਵਾਲਵਰ ਚੱਕੀ ਫਿਰਦਾ ਕੋਈ 32 ਬੋਰ ਚੱਕੀ ਫਿਰਦਾ ਇਹ ਜੇਕਰ ਆਪਣੀ ਸੁਰੱਖਿਆ ਲਈ ਰੱਖਿਆ ਉਹ ਗੱਲ ਵੱਖਰੀ ਹੈ ਪਰ ਜੇਕਰ ਫੁਕਰਾਪੰਥੀ ਲਈ ਅਜਿਹੇ ਕਮਾਲੀ ਰੱਖਿਆ ਤੇ ਇੱਕ ਬਹੁਤ ਵੱਡਾ ਨੁਕਸਾਨ ਹੈ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਇਸ ਮਾਮਲੇ ਤੇ ਸੋਚਣਾ ਚਾਹੀਦਾ ਹੈ ਭਾਵੇਂ ਮੁੱਖ ਮੰਤਰੀ ਭਗਵੰਤਪਨ ਸਾਹਿਬ ਦੇ ਧਿਆਨ ਦੇ ਵਿੱਚ ਗੱਲ ਬਿਲਕੁਲ ਆ ਚੁੱਕੀ ਹੈ ਪਰ ਫਿਰ ਵੀ ਇਧਰ ਧਿਆਨ ਦੇਣ ਦੀ ਇਸ ਕਰਕੇ ਹੋਰ ਜ਼ਰੂਰਤ ਹੈ ਤਾਂਕਿ ਆਉਣ ਵਾਲੇ ਸਮੇਂ 'ਚ ਕਿਸੇ ਦਾ ਘਰ ਨਾ ਖਰਾਬ ਹੋਵੇ ਹੁਣ ਉਸ ਹਸਪਤਾਲ ਦੇ ਬਾਹਰ ਬਹੁਤ ਸਾਰੇ ਲੋਕ ਜੁਟੇ ਹੋਏ ਨੇ ਬਹੁਤ ਸਾਰੇ ਲੋਕ ਦੁਆਵਾਂ ਕਰ ਰਹੇ ਪਰਿਵਾਰਕ ਮੈਂਬਰ ਕਹਿ ਰਹੇ ਕਿ ਕੁੜੀ ਬਿਲਕੁਲ ਠੀਕ ਰਹੇ ਅਸੀਂ ਵੀ ਕਹਿੰਦੇ ਸੁੱਖ ਮੰਗਦੇ ਸਾਰਾ ਕੁਝ ਠੀਕ ਰਹੇ ਪਰ ਇੰਨਾ ਜ਼ਰੂਰ ਹੈ ਜਿਹੜੇ ਹਾਲਾਤ ਬਣੇ ਨੇ ਫੁਕਰਾ ਪੰਥੀ ਵਿੱਚ ਬਣੇ ਹੋਏ ਹਾਲਾਤ ਜ਼ਿੰਮੇਵਾਰ ਕੌਣ ਹੈ ਇਹਦਾ ਇਹ ਸੋਚਣ ਲਈ ਮਜਬੂਰ ਹੋਣਾ ਪੈਣਾ ਇਹਤੇ ਵਿਚਾਰ ਕਰਨੀ ਪੈਣੀ ਆ ਤੁਸੀਂ ਇੱਤੇ ਕੀ ਸੋਚਦੇ ਆ ਆਪਨਾ ਕਮੈਂਟ ਕਰਕੇ ਜੁੜ ਦੱਸਿਓ ਕਿਉਂਕਿ ਮਾਹੌਲ ਵਾਕਈ ਪੰਜਾਬ ਦਾ ਖਰਾਬ ਹੁੰਦਾ ਜਾ ਰਿਹਾ ਹੈ। ਪ੍ਰੋਗਰਾਮ ਵਿੱਚੇ ਸਮਾਪਤ ਕਰਨ ਦਾ ਵੇਲਾ ਆ ਗਿਆ। ਉਮੀਦ ਕਰਦੇ ਤੁਹਾਨੂੰ ਪ੍ਰੋਗਰਾਮ ਜੁੜ ਪਸੰਦ ਆਇਆ ਹੋਣਾ। ਜੇਕਰ ਤੁਹਾਡਾ ਕੋਈ ਸੁਝਾਅ ਤਾਂ ਟਿੱਪਣੀ ਜੁੜ ਸਾਂਝੀ ਕਰੋ ਮੈਨੂੰ ਨਵਜੀਤ ਹੁੰਦੇ ਹੁ ਇਜਾਜ਼ਤ। ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ।